ਤੁਹਾਨੂੰ ਕਿਸੇ ਕੋਲੇ ਵੀ ਜਾਨ ਦੀ ਲੋੜ ਨਹੀਂ ਪਊਗੀ ਚਾਹੇ ਉਹ ਭਾਨਾ ਸਿੱਧੂ ਹੋਵੇ ਚਾਹੇ ਭਾਨਾ ਸਿੱਧੂ ਵਰਗਾ ਵੀਰ ਕੋਈ ਹੋਰ ਹੋਵੇ ਅਗਰ ਤੁਸੀਂ ਆੱਖਾ ਖੋਲ ਕੇ ਚੱਲਦੇ ਆਪ ਪੈਸੇ ਦੇ ਦਿੰਨੇ ਹੋ ਏਜੰਟ ਨੂੰ ਅੱਖਾਂ ਬੰਦ ਕਰਕੇ 5 7 ਲੱਖ 10 ਲੱਖ ਉਹਦੇ account 'ਚ ਪਾ ਦਿੰਨੇ ਹੋ ਬਾਅਦ ਵਿੱਚ ਫਿਰ ਤੁਸੀਂ ਲੋਕਾਂ ਦੀ ਹੈਲਪ ਲਾਈਨ ਲਈ ਜਾਂਦੇ ਹੋ ਜੀ ਸਾਡੇ ਪੈਸੇ ਫਸ ਗਏ ਅਸੀਂ ਮਰ ਗਏ ਅਸੀਂ ਆਹ ਹੋ ਗਿਆ ਫਿਰ ਇਹ ਸਮਾਜ ਦੇ ਵਿੱਚ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਆ ਭਾਨਾ ਸਿੱਧੂ ਵਰਗੇ ਵੀਰ ਠੀਕ ਆ ਬਟ ਜਿਹੜੀ ਜੁਡੀਸ਼ਰੀ ਆ ਫਿਰ ਉਹ ਕਿਸ ਕੰਮ ਦੇ ਲਈ ਆ ਵੀਜ਼ਾ ਗੁਰੂਗੁਰਪੀਟਾਲਾ ਨੂੰ ਫੋਨ ਆਇਆ ਕਦੇ ਕਿ ਸਾਡੇ ਪੈਸੇ ਮੋੜ ਦਿਓ ਇੱਕ ਏਜੰਟ ਨੇ ਸਟੂਡੈਂਟ ਭੇਜਦਾ ਕੈਨੇਡਾ ਉਹ 2-4 ਦਿਨ ਬਾਅਦ ਇੰਡੀਆ ਆ ਗਿਆ ਵਾਪਸ ਠੀਕ ਆ ਜੀ ਉਸ ਦਾ ਜਿਗਨੀ ਲੱਗਾ ਆ ਕੇ ਜੀ ਉਹ ਪਹਾਨਾ ਸਿੱਧੂ ਕੋਲੇ ਚਲਾ ਗਿਆ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਲ ਰਿਕਾਰਡਿੰਗ ਵੀ ਵਾਇਰਲ ਕਾਫੀ ਵਾਇਰਲ ਹੋ ਰਹੀ ਆ ਹੁਣ ਉਹ ਨਜਾਇਜ਼ ਫਾਇਦਾ ਹੋ ਗਿਆ ਉੱਥੇ ਉਹ ਜਦੋਂ ਏਜੰਟ ਨੂੰ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੇ ਜੀ ਕਿ ਸਾਡਾ ਕਸੂਰ ਦੱਸੋ ਸਾਡਾ ਕੀ ਆ ਅਸੀਂ ਬੱਚੇ ਨੂੰ ਭੇਜਿਆ ਸਹੀ ਜਗ੍ਹਾ ਇਹਦਾ ਜੀ ਨਹੀਂ ਲੱਗੇ 2-4 ਦਿਨ ਬਾਅਦ ਵਾਪਸ ਆ ਗਿਆ ਸੋ ਇਹ ਦੋ ਚਿਹਰੇ ਸਟੂਡੈਂਟਸ ਦੇ ਵੀ ਆ ਜੇ ਏਜੰਟਸ ਦੇ ਦੋ ਚਿਹਰੇ ਆ ਨਾ ਜੀ ਸਾਡੀ ਲੌਬੀ ਦੇ ਵਿੱਚ ਠੱਗ ਏਜੰਟਾਂ ਤੇ ਇੱਕ ਵਧੀਆ ਏਜੰਟ ਆ ਠੀਕ ਆ ਦੋ ਤਰ੍ਹਾਂ ਦੇ ਏਜੰਟਾਂ ਜੀ ਇੱਕ ਜਿਹੜੇ ਪਹਿਲਾਂ ਪੈਸੇ ਲੈਂਦੇ ਆ ਉਹਨਾਂ ਨੂੰ ਵੀਜ਼ਾ ਦਾ ਕੋਈ ਮਤਲਬ ਨਹੀਂ ਇੱਕ ਸਾਡੇ ਵਰਗੇ ਏਜੰਟ ਆ ਅਸੀਂ ਪਹਿਲਾਂ ਸਾਨੂੰ ਇਹ ਹੁੰਦਾ ਵੀਜ਼ਾ ਦਿਓ ਪੈਸੇ ਬਾਅਦ ਚ ਲੈ ਲਿਓ ਓਵੇਂ ਸਟੂਡੈਂਟਸ ਵੀ ਆ ਉਹ ਕੀ ਆ ਦੋ ਚਿਹਰੇ ਉਹਨਾਂ ਦੇ ਵੀ ਆ ਪਹਿਲਾਂ ਕਹਿਣਗੇ ਜੀ ਸਾਨੂੰ ਵੀਜ਼ਾ ਲਵਾ ਦਿਓ ਜਿੱਥੇ ਮਰਜੀ ਪਹੁੰਚਾ ਦਿਓ ਕੈਨੇਡਾ ਵਾਸਤੇ ਭੇਜ ਦਿਓ ਚਾਹੇ ਦੂ ਕਮਰੇ ਵਾਲੇ ਕਾਲਜ ਚ ਭੇਜ ਦਿਓ ਉੱਥੇ ਜਾ ਕੇ ਕਹਿਣਗੇ ਜੀ ਸਾਨੂੰ ਸਾਡੇ ਨਾਲ ਤਾਂ ਠੱਗੀ ਹੋ ਗਈ ਕੈਨੇਡਾ ਤਾਂ 35% ਹੋਰ ਘਟਾ ਗਿਆ ਵੀਜ਼ੇ ਨਹੀਂ ਮਿਲ ਲਿਆ ਤਾਂ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਜਾਣ ਚ ਭਲਾਈ ਆ ਹੁਣ ਕਿਵੇਂ ਜਾਣ ਅੱਜ ਨੂੰ ਦੇਖ ਲਿਓ ਤੁਸੀਂ ਸਾਲ ਡੇਢ ਸਾਲ ਬਾਅਦ ਲੋਕ ਯਾਦ ਕਰਿਆ ਕਰਨਗੇ ਵੀ ਕੈਨੇਡਾ ਦਾ ਵੀਜ਼ਾ ਲੱਗਦਾ ਹੁੰਦਾ ਸੀ ਜਿਹੜੇ ਹੁਣ ਚਲੇ ਗਏ ਚਲੇ ਗਏ ਕੈਨੇਡਾ ਨੇ ਸਟ੍ਰਿਕਟ ਕਰਨਾ ਹੀ ਕਰਨਾ ਜੀ ਜਾਂ ਤਾਂ ਸ਼ੀਮੀ ਨੇ ਪੁਰਾਣੇ ਫੰਡ ਕਰ ਦੇਣਗੇ ਐਫੀਡੇਵਿਟ ਕੌਣ ਦਿੰਦਾ ਜੀ ਲਿਖ ਕੇ ਅਸੀਂ ਐਫੀਡੇਵਿਟ ਦਿੰਨੇ ਆ ਜੀ ਜਿੱਥੇ ਬਾਕੀ ਏਜੰਟ ਭੱਜਦੇ ਨੇ ਜਿਹੜੇ ਕੰਮ ਤੋਂ ਤੁਸੀਂ ਉਹ ਕੰਮ ਤੋਂ ਸ਼ੁਰੂਆਤ ਕਰ ਬਿਲਕੁਲ ਜੀ ਬਿਲਕੁਲ ਕੰਟਰੈਕਟ ਮੈਰਿਜ ਖਤਮ ਕਰਤੀ ਬਿਲਕੁਲ ਇਸ ਗੱਲ ਨੂੰ ਲੈ ਕੇ ਕਲੇਸ਼ ਵੀ ਬਹੁਤ ਹੋਏ ਆ ਜốn ਦੇਖੋ ਮੈਰਿਜਸ ਵੀ ਬਹੁਤ ਟੁੱਟ ਰਹੀਆਂ ਕਿਉਂਕਿ ਕੰਟਰੈਕਟ ਹੋਏ ਹੋਏ ਸੀਗੇ ਠੀਕ ਆ ਜੀ ਕਾਨੇਡਾ ਸਰਕਾਰ ਨੇ ਦੇਖਿਆ ਜਦੋਂ ਕਿ ਇਹ ਚੀਜ਼ ਦਾ ਗੰਦ ਪੈ ਰਿਆ ਕਿ ਇਦਾਂ ਹੀ ਕੰਟ੍ਰੈਕਟ ਮੈਰਿਜਸ ਦਾ ਤਾਂ ਉਹਨਾਂ ਨੇ ਪਲੱਸ 2 ਵਾਲਿਆਂ ਲਈ ਬੰਦ ਕਰਤਾ ਉਹ ਕਹਿੰਦੇ ਅਗਰ ਗ੍ਰੈਜੂਏਸ਼ਨ ਕੀਤੀ ਹੋਈ ਆ ਵਾਈਫ ਦੀ ਤਾਂ ਹੀ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੀ ਨਹੀਂ ਤਾਂ ਨਹੀਂ ਬੁਲਾ ਸਕਦੀ ਇਸ ਭਲੇਖੇ ਚ ਨਾ ਰਹਿ ਜਾਓ ਪੰਜਾਬ ਦੇ ਮੁੰਡਿਓ ਕਿ ਵਿਆਹ ਕਰਾ ਕੇ ਕੁੜੀ ਬਾਹਰ ਚਲ ਗਈ ਤਾਂ ਮੁੜ ਕੇ ਤੁਸੀਂ ਨਾਲੋਂ ਨਾਲ ਤੁਹਾਨੂੰ ਵੀਜ਼ਾ ਮਿਲ ਜੇਗਾ ਇਹ ਗੱਲਾਂ ਅੱਜ ਖੋਲ ਰਹੇ ਨੇ ਇੰਟਰਵਿਊ ਦੇ ਵਿੱਚ ਹੋ ਜੀ 4 ਤੋਂ 5 ਸਾਲ ਫਿਰ ਤਾਂ ਲੱਗਣਗੇ ਉਹਦੇ ਵਿੱਚ ਰਿਸ਼ਤਾ ਵੀ ਕੀ ਰਹਿ ਜਾਂਦਾ ਬਟ ਮੈਂ ਇੱਕ ਗੱਲ ਦੱਸਦਾ ਅਸੀਂ ਬਹੁਤ ਵਾਈਫ ਤੇ ਹਸਬੰਡ ਇਕੱਠਿਆਂ ਨੂੰ ਭੇਜੇ ਅਸੀਂ ਨਾਲ ਅਸੀਂ ਭੇਜਦੀ ਇਕੱਠੇ ਵਰਕ ਪਰਮਿਟ ਮਿਲਣਗੇ ਜੇ ਜਾਣ ਕੇ ਹਾਂਜੀ ਬਿਲਕੁਲ ਜੀ ਵਰਕ ਪਰਮਿਟ ਉਹਨਾਂ ਨੂੰ ਮਿਲੂਗਾ ਜਿਹੜਾ ਪਬਲਿਕ ਕਾਲਜ ਦੇ ਵਿੱਚ ਜਾਊਗਾ ਕਿਉਂਕਿ ਸਾਡੇ ਬੱਚੇ ਤਾਂ ਉੱਥੇ ਕੀ ਆ ਕਿ ਸੁੱਤੇ ਰਹਿੰਦੇ ਆ ਜਾਕੇ ਬਹੁਤ ਪਲੇਸਮੈਂਟ ਏਜੰਸੀਆਂ ਵਾਲੇ ਕਹਿੰਦੇ ਆ ਜੀ ਜਦੋਂ ਸਾਨੂੰ ਕੋਈ ਜੌਬ ਲੱਭਦੀ ਆ ਨਾ ਤੇ ਅਸੀਂ ਇਹਨਾਂ ਨੂੰ ਕਾਲ ਕਰਦੇ ਸੁੱਤੇ ਪਏ ਹੁੰਦੇ ਆ ਤੇ ਜਦੋਂ ਇਹ ਉੱਠ ਕੇ ਸਾਨੂੰ ਕਾਲ ਕਰਦੇ ਆਂ ਤੁਹਾਡੀ ਕਾਲਜ ਉਹਦੋਂ ਜੋਬ ਚਲੀ ਜਾਂਦੀ ਹੈ। ਦੇਖੋ ਜੀ ਜਿਹੜੇ ਏਜੰਟ ਨੇ ਲੈ ਲੈ ਨਾ ਪੈਸੇ ਪਹਿਲਾਂ ਠੀਕ ਹੈ ਜੀ ਉਹ ਸਮਝੋ ਕਿ ਉਹਨੂੰ ਤੁਹਾਡੇ ਕੇਸ ਨਾਲ ਮਤਲਬ ਹੀ ਕੋਈ ਨਹੀਂ ਰਹਿ ਗਿਆ। ਜਿੰਨੇ ਦੋਟਾ ਇੱਥੇ ਬਹੁਤ ਏਜੰਟੇ ਇਦਾਂ ਦੇ ਆ ਜਿਹੜੇ ਪ੍ਰਾਈਵੇਟ ਕਾਲਜ ਚ ਕਹਿੰਣਗੇ ਪੈਕੇਜ ਕਰਦੇ ਆਂ ਜੀ ਲੱਖ ਡੇਢ ਲੱਖ ਰੁਪਈਆ ਪਹਿਲਾਂ ਲੈ ਲੈਂਦੇ ਆ। ਉਹਨਾਂ ਨੇ ਤੁਹਾਡੇ ਵੀ ਜੇ ਤੂੰ ਕੀ ਲੈਣਾ ਜੀ ਜੇ ਇੱਕ ਰਿਫਿਊਜ਼ ਹੁੰਦਾ ਤੇ ਹੋ ਜੇ ਜੀ ਉਹਨਾਂ ਨੂੰ ਤਾਂ ਪੈਸੇ ਆ ਗਏ। ਕੋਈ ਗਾਰੰਟੀ ਦੇਣੇ ਬਿਲਕੁਲ ਜੀ ਬਿਲਕੁਲ ਗਰੰਟੀ ਜਿਹੜੇ ਕੇਸ ਦੀ ਅਸੀਂ ਗਰੰਟੀ ਦਿੰਨੇ ਆ ਜੀ ਉਹ ਅਸੀਂ ਸਿਰੇ ਵੀ ਲਾਉਣੀ ਆ ਚਾਹੇ 7 ਰਫਿਊਜ ਲਓ ਮੈਂ ਕਿੰਨਾ ਜੀ 10 ਰਫਿਊਜ ਲਾਉਂ ਤ ਤੁਸੀਂ ਵੀ ਇੱਕ ਸੰਸਥਾ ਜੀ ਬਣਾ ਰਹੇ ਹੋ ਜਿੱਥੇ ਬੱਚੇ ਤੰਗ ਹੋ ਰਹੇ ਹੁਣ ਬੱਚਿਆਂ ਦੇ ਨਾਲ ਖੜਾਂਗੇ ਉਹ ਏਜੰਟ ਦੇ ਖਿਲਾਫ ਹੋਵੋਗੇ ਬਿਲਕੁਲ ਜੀ ਇਸ ਫੀਲਡ ਦੀ ਇਮੇਜ ਨੂੰ ਸੁਧਾਰਿਆ ਜਾਵੇ ਠੀਕ ਹੈ ਜੀ ਕੱਲ ਨੂੰ ਕੋਈ ਉੱਠ ਕੇ ਇਹ ਨਾ ਕਵੇ ਹਾਂ ਜੀ ਲਿਆ ਫੋਨ ਹੈਲੋ ਹਾਂ ਫਲਾਣਾ ਬੋਲਦਾ ਮੈਂ ਤੇ ਇੰਨੇ ਪੈਸੇ ਲਿਆ ਗੱਲ ਨਹੀਂ ਕੋਈ ਬਾਤ ਇਹ ਚੀਜ਼ ਪੰਜਾਬ ਦੀ ਏਜੰਟ ਲੋਬੀ ਅੱਜਕੱਲ ਬਹੁਤ ਬਦਨਾਮ ਹੋ ਰਹੀ ਐ ਪਰ ਅੱਜ ਅਸੀਂ ਇੱਕ ਐਸੇ ਏਜੰਟ ਕੋਲ ਆਇਆ ਜਿਸ ਏਜੰਟ ਨੇ ਬਹੁਤ ਘੱਟ ਸਮੇਂ ਚ ਬਹੁਤ ਵੱਡਾ ਰੁਤਬਾ ਹਾਸਲ ਕੀਤਾ 5566 ਰਿਫਿਊਜ਼ਡ ਵਾਲੇ ਬੱਚਿਆਂ ਨੂੰ ਵੀਜ਼ਾ ਲੈ ਕੇ ਦਿੱਤਾ YouTube ਤੇ Facebook ਤੇ ਤੁਸੀਂ ਅਕਸਰ ਵੀਜ਼ਾ ਗੁਰੂ ਵਾਲਿਆਂ ਦੀ ਵੀਡੀਓ ਵੀ ਦੇਖਦੇ ਹੁੰਨੇ ਹੋ ਔਰ ਹੌਸਲੇ ਉਹਨਾਂ ਦੇ ਬਹੁਤ ਬੁਲੰਦ ਨੇ ਬਾਕੀ ਏਜੰਟ ਵਾਂਗੂ ਨਹੀਂ ਐ ਕਿ ਕਿਤੇ ਫੋਨ ਨਹੀਂ ਚੱਕਿਆ ਹਰ ਥਾਂ ਤੇ ਪਹੁੰਚਦੇ ਨੇ ਕੰਮ ਕਰਾ ਕੇ ਦਿੰਦੇ ਨੇ ਔਰ ਦਿਨ ਰਾਤ ਲੱਗੇ ਰਹਿੰਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਮਾਜ ਦੇ ਵਿੱਚ ਚੱਲ ਕੀ ਰਿਹਾ ਆ ਅੱਜਕੱਲ ਪੰਜਾਬ ਦੀ ਏਜੰਟ ਲੋਬੀ ਕਿਉਂ ਬਦਨਾਮ ਹੋ ਰਹੀ ਆ ਔਰ ਚੰਗੇ ਬੰਦਿਆਂ ਨੂੰ ਕੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਅੱਜ ਉਹ ਸਹੀ ਰਾਹ ਪਾਉਣਗੇ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਲੋਕ ਤਾਂ ਕਹਿ ਰਹੇ ਨੇ ਕਿ ਬਾਹਰ ਜਾਣ ਦਾ ਹੁਣ ਕੋਈ ਫਾਇਦਾ ਨਹੀਂ ਪਰ ਵੀਜ਼ਾ ਗੁਰੂ ਵਾਲੇ ਕਹਿ ਰਹੇ ਨੇ ਕਿ ਬਾਹਰ ਜਾਣ ਦਾ ਫਾਇਦਾ ਹੀ ਹੋਣਾ ਪਰ ਕਿਵੇਂ ਆ ਕਿਵੇਂ ਕਿਸ ਤਕਨੀਕ ਦੇ ਨਾਲ ਬਾਹਰ ਜਾਣਾ ਹੈ ਔਰ ਕਿਹੜੀਆਂ ਕਿੜੀਆਂ ਚੀਜ਼ਾਂ ਤੋਂ ਬਚਣਾ ਆ ਉਹ ਨਹੀਂ ਕਹਿੰਦੇ ਕਿ ਮੇਰੇ ਕੋਲ आओ ਪਰ ਇਹਨਾਂ ਚੀਜ਼ਾਂ ਦਾ ਅੱਜ ਧਿਆਨ ਰੱਖ ਲਿਓ ਤੁਹਾਡੇ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਆਉਣ ਵਾਲੀਆਂ ਨੇ ਇੱਕ ਵਾਰ ਵੀ ਵੀਜ਼ਾ ਗੁਰੂ ਵਾਲੇ ਇਹ ਨਹੀਂ ਕਹਿਣਗੇ ਕਿ ਮੇਰੇ ਕੋਲ ਆਓ ਪਰ ਤੁਸੀਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਇਹ ਗੱਲਾਂ ਤੁਹਾਡੇ ਲਈ ਤੁਹਾਡੇ ਫਿਊਚਰ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅਹਿਮ ਰਹਿਣ ਵਾਲੀਆਂ ਨੇ ਸਭ ਤੋਂ ਪਹਿਲਾਂ ਵੀਜ਼ਾ ਗੁਰੂ ਦੇ ਕੰਸਲਟੈਂਟ ਗੁਰਪ੍ਰੀਤ ਜੀ ਦਾ ਸਵਾਗਤ ਕਰਾਂਗੇ ਔਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਜੋ ਦੇਖ ਰਹੇ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਕੋਲ ਇਹ ਸਵਾਲ ਲੈ ਕੇ ਨਹੀਂ ਆਏ ਕਿ ਤੁਹਾਡੇ ਕੋਲ ਕਿਉਂ ਆਵੇ ਜੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਪਹਿਲਾ ਸਵਾਲ ਇਹ ਹੈ ਕਿ ਅੱਜਕੱਲ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਏਜੰਟਾਂ ਦੀ ਦੌੜ ਬਹੁਤ ਵੱਧ ਗਈ ਹੈ ਪਰ ਦੂਜੇ ਪਾਸੇ ਏਜੰਟ ਬਦਨਾਮ ਵੀ ਬਹੁਤ ਹੋ ਰਹੇ ਨੇ ਜੀ ਇਹ ਦੇਖੋ ਬਹੁਤ ਪਹਿਲਾਂ ਤੋਂ ਅੱਜ ਤੋਂ ਕਹਿ ਲਈਏ ਕਿ 70 80 ਸਾਲ ਤੋਂ ਏਜੰਟ ਜਿਹੜੇ ਏਜੰਟ ਲੋਬੀ ਆ ਉਹ ਚੱਲ ਰਹੀ ਆ ਠੀਕ ਆ ਜੀ ਬਾਹਰ ਜਾਨਦਾਰ ਰੁਝਾਨ ਤਾਂ ਕਈ 100 ਸਾਲ ਪੁਰਾਣਾ ਆ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਬਟ ਜਿਹੜਾ ਆ 10 ਸਾਲ ਤੋਂ ਬਹੁਤ ਜ਼ਿਆਦਾ ਏਜੰਟਸ ਮਾਰਕੀਟ ਦੇ ਵਿੱਚ ਆਏ ਆ ਜਿਹੜੇ ਅਨ ਐਜੂਕੇਟਿਡ ਆ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਹੁਣ ਕਿੰਨਾ ਵੱਡੇ ਲੈਵਲ ਤੇ ਰੌਲਾ ਪਿਆ ਹੋਇਆ ਜੀ ਸੋ ਉਸ ਦੇ ਵਿੱਚ ਮੈਂ ਇੱਕ ਗੱਲ ਹੀ ਕਹੂੰਗਾ ਜਿਹੜਾ ਏਜੰਟ ਸਹੀ ਕੰਮ ਕਰਦਾ ਉਸ ਨੂੰ ਕਿਸੇ ਦਾ ਫੋਨ ਕਿਉਂ ਆਊਗਾ ਹਮ ਠੀਕ ਹੈ ਜੀ ਅੱਜ ਦੀ ਰੇਟ ਦੇ ਵਿੱਚ ਕਿਸਾਨ ਧਰਨੇ ਲਾ ਰਹੇ ਆ ਏਜੰਟਾਂ ਦੇ ਸਾਹਮਣੇ ਠੀਕ ਆ ਤਾਂ ਏਜੰਟਸ ਜਿਹੜੇ ਸਹੀ ਆ ਉਹ ਕਦੇ ਵੀ ਭੱਜਣਗੇ ਨਹੀਂ ਠੀਕ ਹੈ ਜੀ ਉਹਨਾਂ ਨੂੰ ਕਦੇ ਵੀ ਕੋਈ ਪਰੇਸ਼ਾਨ ਨਹੀਂ ਕਰੂਗਾ ਮੈਂ ਤਾਂ ਇਹ ਕਹੂੰਗਾ ਉਹ ਏਜੰਟ ਹੀ ਨਹੀਂਗੇ ਜਿੰਨਾ ਜਿੰਨਾ ਦੇ ਅੱਗੇ ਧਰਨੇ ਲੱਗਦੇ ਆ ਕਿਸਾਨਾਂ ਦੇ ਠੀਕ ਆ ਅਗਰ ਤੁਹਾਡਾ ਕੰਮ ਬਿਲਕੁਲ ਸਾਫ਼ ਆ ਤੁਹਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਜੀ ਹਾਂਜੀ ਵੀਜ਼ਾ ਗੁਰੂ ਗੁਰਪ੍ਰੀਤ ਆਲਿਆਂ ਨੂੰ ਫੋਨ ਆਇਆ ਕਦੇ ਕਿ ਸਾਡੇ ਪੈਸੇ ਮੋੜ ਦਿਓ ਹਾਂਜੀ ਬਿਲਕੁਲ ਸਹੀ ਤੁਸੀਂ ਕੁਐਸਚਨ ਪੁੱਛਿਆ ਜੀ ਦੇਖੋ ਫੋਨ ਤਾਂ ਆਊਗਾ ਜੇ ਕਿਸੇ ਤੋਂ ਪੈਸੇ ਲੈ ਹੋਣਗੇ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਚ ਲੈਣੇ ਠੀਕ ਹੈ ਜੀ ਸੋ ਮੈਂ ਇਹ ਕਹੂੰਗਾ ਕਿ ਚਲੋ ਕੁਝ ਸਮਾਜ ਦੇ ਵਿੱਚ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਆ ਭਾਨਾ ਸਿੱਧੂ ਵਰਗੇ ਵੀਰ ਠੀਕ ਬਟ ਜਿਹੜੀ ਜੁਡੀਸ਼ਰੀ ਆ ਫਿਰ ਉਹ ਕਿਸ ਕੰਮ ਦੇ ਲਈ ਆ ਠੀਕ ਹੈ ਕਾਨੂੰਨ ਕਿਸ ਕੰਮ ਦੇ ਲਈ ਆ ਠੀਕ ਹੈ ਨਾ ਅਗਰ ਇਦਾਂ ਕੋਈ ਵੀ ਸਮਾਜ ਦੇ ਵਿੱਚ ਮਤਲਬ ਇੱਕ ਸਾਰਾ ਕੁਝ ਸਿਸਟਮ ਅਪਸੈਟ ਕਰਨ ਦੀ ਕੋਸ਼ਿਸ਼ ਕਰੂਗਾ ਤੇ ਕਾਨੂੰਨ ਤਾਂ ਫਿਰ ਆਪਣੀ ਕਾਰਵਾਈ ਜ਼ਰੂਰ ਕਰੂਗਾ ਜੀ ਠੀਕ ਹੈ ਜੀ ਬਾਕੀ ਦੇਖੋ ਜੁਡੀਸ਼ਰੀ ਬਹੁਤ ਵੱਡੀ ਚੀਜ਼ ਹੈ ਕਾਨੂੰਨ ਬਹੁਤ ਸਾਨੂੰ ਫੋਲੋ ਕਰਨਾ ਚਾਹੀਦਾ ਠੀਕ ਆ ਔਰ ਇਨਸਾਫ ਵੀ ਜ਼ਰੂਰ ਮਿਲਦਾ ਅਗਰ ਆਪਾਂ ਲੱਗੇ ਰਹੀਏ ਤੁਹਾਨੂੰ ਕਿਸੇ ਕੋਲੇ ਵੀ ਜਾਨ ਦੀ ਲੋੜ ਨਹੀਂ ਪਊਗੀ ਚਾਹੇ ਉਹ ਭਾਨਾ ਸਿੱਧੂ ਹੋਵੇ ਚਾਹੇ ਭਾਨਾ ਸਿੱਧੂ ਵਰਗਾ ਵੀਰ ਕੋਈ ਹੋਰ ਹੋਵੇ ਅਗਰ ਤੁਸੀਂ ਆੱਖਾ ਖੁੱਲ ਕੇ ਚੱਲਦੇ ਹੋ ਪਹਿਲਾਂ ਤੁਸੀਂ ਆਪ ਪੈਸੇ ਦੇ ਦਿੰਨੇ ਹੋ ਏਜੰਟ ਨੂੰ ਅੱਖਾਂ ਬੰਦ ਕਰਕੇ 5 7 ਲੱਖ 10 ਲੱਖ ਉਹਦੇ ਅਕਾਊਂਟ 'ਚ ਪਾ ਦਿੰਨੇ ਹੋ ਬਾਅਦ ਵਿੱਚ ਫਿਰ ਤੁਸੀਂ ਲੋਕਾਂ ਦੀ ਹੈਲਪ ਲਾਈਨ ਲਈ ਜਾਂਦੇ ਹੋ ਜੀ ਸਾਡੇ ਪੈਸੇ ਫਸ ਗਏ ਅਸੀਂ ਮਰ ਗਏ ਅਸੀਂ ਆ ਹੋ ਗਿਆ ਸੀ ਇੱਕ ਤਾਂ ਨੂੰ ਮੈਂ ਦੱਸਦਾ ਇਹਦੇ ਵਿੱਚ ਨਜਾਇਜ਼ ਫਾਇਦਾ ਵੀ ਬਹੁਤ ਲੋਕ ਚੱਕਦੇ ਆ ਜੀ ਇੱਕ ਏਜੰਟ ਨੇ ਸਟੂਡੈਂਟ ਭੇਜਤਾ ਕੈਨੇਡਾ ਉਹ 2 4 ਦਿਨ ਬਾਅਦ ਇੰਡੀਆ ਆ ਗਿਆ ਵਾਪਸ ਠੀਕ ਆ ਜੀ ਉਸ ਦਾ ਜਿਗਣੀ ਲੱਗਾ ਆ ਕੇ ਜੀ ਉਹ ਪਹਾਨਾ ਸਿੱਧੂ ਕੋਲੇ ਚਲਾ ਗਿਆ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਲ ਰਿਕਾਰਡਿੰਗ ਵੀ ਵਾਇਰਲ ਕਾਫੀ ਵਾਇਰਲ ਹੋ ਰਹੀ ਆ ਹੁਣ ਉਹ ਨਜਾਇਜ਼ ਫਾਇਦਾ ਹੋ ਗਿਆ ਉੱਥੇ ਉਹ ਜਦੋਂ ਏਜੰਟ ਨੂੰ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੇ ਜੀ ਕਿ ਸਾਡਾ ਕਸੂਰ ਦੱਸੋ ਸਾਡਾ ਕੀ ਆ ਅਸੀਂ ਬੱਚੇ ਨੂੰ ਭੇਜਿਆ ਸਹੀ ਜਗ੍ਹਾ ਇਹਦਾ ਜੀ ਨਹੀਂ ਲੱਗੇ 2-4 ਦਿਨ ਬਾਅਦ ਵਾਪਸ ਆ ਗਿਆ ਠੀਕ ਆ ਸੋ ਇੱਥੇ ਵੀ ਕਿਤੇ ਨਾ ਕਿਤੇ ਫਿਰ ਗਲਤ ਫਿਰ ਜਦੋਂ ਆਪਾਂ ਕਿਸੇ ਕੋਲੇ ਜਾਣੇ ਆ ਇਦਾਂ ਦਾ ਕੋਈ ਕਲਾਇੰਟ ਆ ਹੈਲਪਲਾਈਨ ਲਈ ਜਾਂਦਾ ਫਿਰ ਉਹਨੇ ਆਪਦੀ ਇੱਜ਼ਤ ਵੀ ਰੱਖਣੀ ਹੁੰਦੀ ਵੀ ਮੈਂ ਵੀ ਕੁਝ ਕਰਕੇ ਦਿਖਾਵਾਂ ਠੀਕ ਆ ਬਟ ਦੋਨੇ ਪੱਖਾਂ ਦੀ ਗੱਲ ਸੁਣਨੀ ਚਾਹੀਦੀ ਹੈ ਠੀਕ ਹੈ ਜੀ ਬਟ ਮੈਂ ਐਂਡ ਤੇ ਇਹੀ ਕਹੂੰਗਾ ਕਿ ਜੁਡੀਸ਼ਰੀ ਦਹੀ ਨੂੰ ਹੀ ਫੋਲੋ ਕਰੋ ਕਾਨੂੰਨ ਨਹੀਂ ਫੋਲੋ ਕਰੋ ਜੀ ਹੁਣ ਅੱਖਾ ਤੁਸੀਂ ਕਹ ਕੇ ਖੋਲ ਕੇ ਚੱਲੋ ਆਪਾਂ ਸਿੱਧੀ ਕੈਨੇਡਾ ਦੀ ਗੱਲ ਕਰਦੇ ਆ ਹੁਣ ਆਉਣ ਵਾਲੇ ਸਮੇਂ ਚ ਬੱਚਿਆਂ ਚ ਬਹੁਤ ਜ਼ਿਆਦਾ ਰੁਝਾਨ ਵਧ ਰਿਹਾ ਕਿ ਕੈਨੇਡਾ ਜਾਣਾ ਹੈ ਪਰ ਕੈਨੇਡਾ ਤਾਂ ਬਹੁਤ ਜ਼ਿਆਦਾ ਔਖਾ ਕਰ ਰਿਹਾ ਕੰਮ ਕੈਨੇਡਾ ਤਾਂ 35% ਹੋਰ ਘਟਾ ਗਿਆ ਵੀਜ਼ੇ ਨਹੀਂ ਮਿਲਣਿਆ ਤਾਂ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਜਾਣ ਚ ਭਲਾਈ ਆ ਹੁਣ ਕਿਵੇਂ ਜਾਣ ਕਿੜੀਆਂ ਕਿੜੀਆਂ ਚੀਜ਼ਾਂ ਦਾ ਧਿਆਨ ਰੱਖਣ ਉਹ ਕਿ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿਸੇ ਸੰਸਥਾ ਕੋਲ ਨਾ ਜਾਣਾ ਪਵੇ ਕਿ ਮੇਰੇ ਪੈਸੇ ਮੜਾਓ ਜੀ ਜੀ ਬਹੁਤ ਵਧੀਆ ਸਵਾਲ ਕੀਤਾ ਜੀ ਇਸ ਦੇ ਵਿੱਚ ਇਹ ਗੱਲ ਹੈ ਜੀ ਕਿ ਅ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਟੂਡੈਂਟਸ ਜਾ ਰਹੇ ਦੇਖੋ ਹੁਣ ਸਪਾਊਸ ਵੀਜ਼ਾ ਬੰਦ ਕਰ ਦਿੱਤਾ ਗਿਆ ਪਲੱਸ 2 ਵਾਲਿਆਂ ਨੂੰ ਜਿਹੜੇ ਪਲੱਸ 2 ਵਾਲੇ ਲੜਕੀਆਂ ਸੀਗੀਆਂ ਜਾਂ ਲੜਕੇ ਸੀ ਉਹ ਸਪਾਊਸ ਵੀਜ਼ਾ ਨਾਲ ਅਪਲਾਈ ਕਰ ਲੈਂਦੇ ਸੀ ਕਿ ਮਤਲਬ ਪਹਿਲਾਂ ਜਿਵੇਂ ਵਾਈਫ ਚਲੀ ਗਈ ਆ ਹਸਬੈਂਡ ਬਾਅਦ ਵਿੱਚ ਜਾਂਦਾ ਸੀਗਾ ਕੰਟਰੈਕਟ ਮੈਰਿਜ ਖਤਮ ਕਰਤੀ ਜੀ ਬਿਲਕੁਲ ਇਸ ਗੱਲ ਨੂੰ ਲੈ ਕੇ ਕਲੇਸ਼ ਵੀ ਬਹੁਤ ਹੋਏ ਆ ਜốn ਦੇਖੋ ਮੈਰਿਜਸ ਵੀ ਬਹੁਤ ਟੁੱਟ ਰਹੀਆਂ ਕਿਉਂਕਿ ਕੰਟਰੈਕਟ ਹੋਏ ਹੋਏ ਸੀਗੇ ਠੀਕ ਹੈ ਜੀ ਸੋ ਕੈਨੇਡਾ ਸਰਕਾਰ ਨੇ ਦੇਖਿਆ ਜਦੋਂ ਕਿ ਇਹ ਚੀਜ਼ ਦਾ ਗੰਦ ਪੈ ਰਿਆ ਕਿ ਇਦਾਂ ਹੀ ਕੰਟਰੈਕਟ ਮੈਰिजਸ ਦਾ ਤਾਂ ਉਹਨਾਂ ਨੇ ਪਲੱਸ 2 ਵਾਲਿਆਂ ਲਈ ਬੰਦ ਕਰਤਾ ਉਹ ਕਹਿੰਦੇ ਅਗਰ ਗ੍ਰੈਜੂਏਸ਼ਨ ਕੀਤੀ ਹੋਈ ਹੈ ਵਾਈਫ ਦੀ ਤਾਂ ਹੀ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੀ ਨਹੀਂ ਤਾਂ ਨਹੀਂ ਬੁਲਾ ਸਕਦੀ ਅੱਛਾ ਉਹ ਤਾਂ ਕੀ ਕੀ ਜੀ ਗ੍ਰੈਜੂਏਟ ਜਿਹੜਾ ਸਟੂਡੈਂਟ ਹੁੰਦਾ ਜਾਂ ਉਹ ਲੜਕੀ ਆ ਤਾਂ ਉਹ ਬਹੁਤ ਕਹਿ ਲਈਏ ਕਿ ਸੁਲਜੀ ਹੋਈ ਹੁੰਦੀ ਆ ਯਾਨੀ ਕਿ ਅਸੀਂ ਇੱਕ ਤਰ੍ਹਾਂ ਦੀ ਇਹ ਵੀ ਅੱਖ ਖੋਲੀ ਹੈ ਕਿ ਕੋਈ ਪਲੱਸ 2 ਕੁੜੀ ਉਸੀ ਵਿਆਹ ਕਰਾ ਲਿਆ ਉਸਦੇ ਨਾਲ ਹਾਈਲਾਈਟਸ ਤੇ ਉਸਦੇ ਬੈਂਡ ਆ ਗਏ ਉਹ ਬਾਹਰ ਚਲ ਗਈ ਇਹ ਉਮੀਦ ਨਾ ਰੱਖਿਓ ਕਿ ਨਾਲੋ ਨਾਲੋ ਬੁਲਾ ਲੇਗੀ ਉੱਥੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਹੀ ਬੁਲਾਉਗੀ ਉੱਥੇ ਫਿਰ ਮਤਲਬ ਕਿ ਕਿੰਨੇ ਸਾਲ ਲੱਗ ਜਾਣਗੇ ਕੁੜੀ ਨੂੰ ਇਹ ਸਾਰਾ ਪ੍ਰੋਸੀਜਰ ਕਰਦੇ ਨੂੰ ਮੁੰਡੇ ਨੂੰ ਬੁਲਾਉਣ ਦੇ ਲਈ ਦੇਖੋ ਜੀ 4 ਤੋਂ 5 ਸਾਲ ਫਿਰ ਤਾਂ ਲੱਗਣਗੇ ਉਹਦੇ ਵਿੱਚ ਰਿਸ਼ਤਾ ਵੀ ਕੀ ਰਹਿ ਜਾਂਦਾ ਬਟ ਮੈਂ ਇੱਕ ਗੱਲ ਦੱਸਦਾ ਅਸੀਂ ਬਹੁਤ ਵਾਈਫ ਤੇ ਹਸਬੰਡ ਇਕੱਠਿਆਂ ਨੂੰ ਭੇਜੇ ਅਸੀਂ ਨਾਲ ਜੀ ਅਸੀਂ ਭੇਜਦੀ ਇਕੱਠੇ ਆ ਪਰ ਇਹ ਏਜੰਟ ਦੱਸਦੇ ਵੀ ਨਹੀਂ ਹਨਾ ਕਿਆ ਕਰਾ ਦਾ ਕਰਾ ਦਾਂਗੇ ਪਿੱਛੋ ਤੇਰਾ ਕਰਾਂਗੇ ਹਾਂਜੀ ਹਾਂਜੀ ਤਾਂ ਬਹੁਤ ਵੱਡੀ ਗੱਲ ਇਸ ਬਾਈ ਏਜੰਟ ਨੇ ਦੱਸੀ ਆ ਕਿ ਇਸ ਭਲੇਖੇ ਚ ਨਾ ਰਹ ਜਿਓ ਪੰਜਾਬ ਦੇ ਮੁੰਡਿਓ ਕਿ ਵਿਆਹ ਕਰਾ ਕੇ ਕੁੜੀ ਬਾਹਰ ਚਲ ਗਈ ਤਾਂ ਮੁੜ ਕੇ ਤੁਸੀਂ ਨਾਲੋਂ ਨਾਲ ਤੁਹਾਨੂੰ ਵੀਜ਼ਾ ਮਿਲ ਜੇਗਾ ਇਹ ਗੱਲਾਂ ਅੱਜ ਖੋਲ ਰਹੇ ਨੇ ਇੰਟਰਵਿਊ ਦੇ ਵਿੱਚ ਤੇ ਫਿਰ ਆਉਣ ਵਾਲੇ ਫਿਰ ਅੱਗੇ ਹੋਰ ਕੀ ਕੁਝ ਰਹਿਣ ਵਾਲਾ ਦੇਖੋ ਜੀ ਅਸੀਂ ਨਾਲ ਇਸੇ ਕਰਕੇ ਭੇਜਦੇ ਆ ਵੀ ਰਿਸ਼ਤਾ ਬਣਿਆ ਰਵੇ ਜੀ ਠੀਕ ਹੈ ਜੀ ਨਹੀਂ ਤਾਂ ਰਿਸ਼ਤਾ ਟੁੱਟਣ ਲੱਗੇ ਜਿਆਦਾ ਟਾਈਮ ਨਹੀਂ ਲੱਗਦਾ 4-5 ਸਾਲ ਦਾ ਬਹੁਤ ਲੰਬਾ ਰਕਬਾ ਹੈਗਾ ਠੀਕ ਹੈ ਔਰ ਇਹ ਵੀ ਕਾਨੂੰਨ ਆ ਇਕੱਠੇ ਜਾ ਸਕਦੇ ਆ ਹੁਣ ਇਸ ਤੋਂ ਬਾਅਦ ਆਪਾਂ ਸਟੂਡੈਂਟਸ ਤੇ ਆ ਜਾਈਏ ਜੀ ਸਟੂਡੈਂਟਸ ਦੀ 31 ਮਾਰਚ ਤੱਕ ਬੰਦ ਕਰਤੀ ਆ ਫਾਈਲਿੰਗ ਕਿ 31 ਮਾਰਚ ਤੱਕ ਕੋ ਫਾਈਲ ਜਮਾ ਨਹੀਂ ਕਰਵਾ ਸਕਦੇ ਠੀਕ ਹੈ ਜੀ ਮੈਨੂੰ ਇਹ ਸਾਨੂੰ ਇਹ ਲੱਗ ਰਿਹਾ ਕਿ 31 ਮਾਰਚ ਤੱਕ ਜਿਹੜੇ ਸਪਾਊਸ ਹਜੇ ਤਾਂ ਵੀਜ਼ੇ ਲੱਗ ਰਹੇ ਆ 31 ਮਾਰਚ ਨੂੰ ਸਪਾਊਸ ਬੰਦ ਕਰ ਦੇਣਗੇ ਤੇ ਸਟੂਡੈਂਟ ਵੀਜ਼ਾ ਸਟਾਰਟ ਕਰ ਦੇਣਗੇ ਮਤਲਬ ਐਮਬੈਸੀ ਨੇ ਇੱਕੋ ਦਮ ਸਭ ਕੁਝ ਬੰਦ ਨਹੀਂ ਕੀਤਾ ਹੌਲੀ ਹੌਲੀ ਬੰਦ ਕਰਨਗੇ ਤੁਸੀਂ ਇੱਕ ਚੀਜ਼ ਦੇਖਿਓ ਜੀ ਨਿਊਜ਼ੀਲੈਂਡ ਇੱਕ ਤੁਖਣਾ ਚਾਹਾਂ ਵੀਜ਼ੇ ਅੱਜਕਲ ਬੰਦ ਨਹੀਂ ਕੈਨੇਡਾ ਦੇ ਨਹੀਂ ਜੀ ਨਹੀਂ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਜੀ ਨਿਊਜ਼ੀਲੈਂਡ ਆਸਟ੍ਰੇਲੀਆ ਇਹ ਦੋ ਕੰਟਰੀਆਂ ਦੇ ਵੀਜ਼ੇ ਨੂੰ ਤਰਸਦੇ ਆ ਸਾਡੇ ਪੰਜਾਬੀ ਸਾਡੇ ਏਡੀਅੰਸ ਅੱਜ ਨੂੰ ਦੇਖ ਲਿਓ ਤੁਸੀਂ ਸਾਲ ਡੇਢ ਸਾਲ ਬਾਅਦ ਲੋਕ ਯਾਦ ਕਰਿਆ ਕਰਨਗੇ ਵੀ ਕੈਨੇਡਾ ਦਾ ਵੀਜ਼ਾ ਲੱਗਦਾ ਹੁੰਦਾ ਸੀ ਜਿਹੜੇ ਹੁਣ ਚਲੇ ਗਏ ਚਲੇ ਗਏ ਕੈਨੇਡਾ ਨੇ ਸਟ੍ਰਿਕਟ ਕਰਨਾ ਹੀ ਕਰਨਾ ਜੀ ਜਾਂ ਤਾਂ 6 ਮਹੀਨੇ ਪੁਰਾਣੇ ਫੰਡ ਕਰ ਦੇਣਗੇ ਕੁਝ ਨਾ ਕੁਝ ਕਰਨਗੇ 2025 'ਚ ਇਲੈਕਸ਼ਨ ਆ ਰਹੇ ਆ ਜੀ ਅਕਤੂਬਰ 2025 ਦੇ ਵਿੱਚ ਕੈਨੇਡਾ ਦੇ ਵਿੱਚ ਠੀਕ ਹੈ ਜੀ ਸੋ ਉਹ ਮੈਨੂੰ ਇਹ ਲੱਗਦਾ ਕਿ ਉਦੋਂ ਤੱਕ ਦਾ ਹੀ ਟਾਈਮ ਆ ਹੁਣ ਜਿੰਨੀ ਜ਼ਿਆਦਾ ਚੂੜੀ ਟਾਈਟ ਕਰਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤਰਸਣਗੇ ਕਿ ਜਿਹੜੇ ਅੱਜ ਚਲੇ ਜਾਣਗੇ ਉਹ ਯਾਦ ਕਰਨਗੇ ਕਿ ਭਲੇ ਟਾਈਮ ਅਸੀਂ ਚਲੇ ਗਏ ਸੀਗੇ ਠੀਕ ਹੈ ਜੀ ਇਹ ਚੀਜ਼ ਹੈ ਜੀ ਜੇ ਹੁਣ ਜਾ ਰਹੇ ਪਰ ਕੈਨੇਡਾ ਸਰਕਾਰ ਤੱਕ ਇਹਦੀ ਕਿ ਵਰਕ ਪਰਮਿਟ ਬੰਦ ਕਰਤਾ ਖਬਰਾਂ ਚੱਲਦੀਆਂ ਵੱਡਾ ਚਟਕਾ ਵਰਕ ਪਰਮਿਟ ਬੰਦ ਕਰਤੇ ਵਰਕ ਪਰਮਿਟ ਮਿਲਣਗੇ ਜੇ ਜਾਣਗੇ ਬੱਚੇ ਹਾਂਜੀ ਬਿਲਕੁਲ ਜੀ ਵਰਕ ਪਰਮਿਟ ਉਹਨਾਂ ਨੂੰ ਮਿਲੂਗਾ ਜਿਹੜਾ ਪਬਲਿਕ ਕਾਲਜ ਦੇ ਵਿੱਚ ਜਾਊਗਾ ਜੀ ਜਾਂ ਉੱਥੇ ਲੀਮੀਆਂ ਲੈਣੀ ਪੈਂਦੀ ਹੈ ਜੀ ਸਾਡੇ ਕੋਲੇ ਬਹੁਤ ਆਉਂਦੇ ਜਿਹੜੇ ਕਹਿੰਦੇ ਪੈਸੇ ਹੈ ਨਹੀਂਗੇ ਠੀਕ ਹੈ ਜੀ ਅਸੀਂ ਉਹਨਾਂ ਨੂੰ ਕਹਿੰਨਾ ਵੀ ਪ੍ਰਾਈਵੇਟ ਕਾਲਜ ਚ ਚਲਾਇਓ ਉੱਥੇ ਜਾ ਕੇ ਲੀਮੀਆਂ ਲੈ ਲਈ ਜਾਂ ਨੈਕਸਟ ਈਅਰ ਪਬਲਿਕ ਕਾਲਜ ਲੈ ਲਈ ਸੋ ਜਿਹੜੇ 2-2 ਕਮਰਿਆਂ ਵਾਲੇ ਸਾਡੇ ਏਜੰਟ ਵੀਰਾਂ ਨੇ ਖੋਲੇ ਹੋਏ ਸੀਗੇ 2-4 ਕਮਰ ਠੀਕ ਹੈ ਜੀ ਫੀਸਾਂ ਦੱਸਦਾ ਸੀ 100 ਡਾਲਰ ਉਹਨਾਂ ਤੋਂ ਲੈਣੀ ਬਹੁਤ ਏਜੰਸੀ ਇਦਾਂ ਦੀ ਹੈ ਜੀ ਜਿਨ੍ਹਾਂ ਨੇ ਹਜੇ ਕਾਲਜ ਖੋਲ੍ਹਿਆ ਹੀ ਸੀ ਇੱਕ ਵੀ ਸਟੂਡੈਂਟ ਨਹੀਂ ਬੁਲਾਇਆ ਸੀ ਔਰ ਉਧਰ ਰੂਲ ਆ ਗਿਆ ਕਿ ਨਵੇਂ ਕਾਲਜ ਸਟੂਡੈਂਟ ਨਹੀਂ ਬੁਲਾ ਸਕਦੇ ਉਹ ਵੀ ਹਰ ਤਰ੍ਹਾਂ ਨਾਲ ਕੈਨੇਡਾ ਕਰ ਰਿਹਾ ਕਿ ਠੱਗੀ ਜਿਹੜੀ ਆ ਉਹ ਬੰਦ ਹੋਵੇ ਕੰਟਰੈਕਟ ਮੈਰਿਜ ਵਾਲੀ ਜਿਹੜੀ ਠੱਗੀ ਆ ਸਾਡੇ ਮੁੰਡੇ ਇੱਧਰ ਪాయిਜ਼ਨ ਖਾ ਖਾ ਕੇ ਮਰ ਰਹੇ ਸੀਗੇ ਉਹ ਬੰਦ ਕਰਤੀ ਆ ਹੁਣ ਕਾਲਜਾਂ ਵਾਲਾ ਸਿਸਟਮ ਵੀ ਬੰਦ ਕਰਤਾ ਤੇ ਮੇਰਾ ਹੋਰ ਸਵਾਲ ਹੈ ਏਜੰਟ ਕਹਿਣਗੇ ਅਸੀਂ ਤਾਂ ਭੇਜਤਾ ਜੀ ਬੱਚਾ ਵਾਰ ਜਾ ਤਾਂ ਭੇਜਿਆ ਨਾ ਹੋਵੇ ਪਰ ਭੇਜੋ ਦੁਕਾਨ ਦੇ ਵਿੱਚ ਦਿੱਤਾ ਹੋਵੇ ਜਿਸ ਦੁਕਾਨ 'ਚ ਚਾਰ ਚਾਰ ਬੈਂਚ ਲੱਗੇ ਨੇ ਹਨਾ ਕੈਨੇਡਾ ਸਰਕਾਰ ਨੇ ਤਾਂ ਚੂੜੀ ਕੱਸੀ ਹੋਈ ਆ ਫਿਰ ਉਹ ਬੱਚਾ ਬੱਚੇ ਦਾ ਕਿੰਨਾ ਨੁਕਸਾਨ ਹੋਊਗਾ ਉੱਥੇ ਜਾ ਕੇ ਦੇਖੋ ਜੀ ਬੱਚਾ ਤੁਸੀਂ ਜਦੋਂ ਸਾਡੇ ਕੋਲੇ ਆਉਂਦੇ ਨਾ ਜੀ ਕਾਲਜ ਦਾ ਨਾਮ ਪੁੱਛਦੇ ਆ ਉਹ ਹਰ ਚੀਜ਼ ਨੈਟ ਤੇ ਸਰਚ ਕਰਦੇ ਆ ਕੋਈ ਬੱਚਾ ਇਦਾਂ ਨਹੀਂ ਹੁੰਦਾ ਕਿ ਉਹਨੂੰ ਪਤਾ ਨਹੀਂ ਸੀ ਜੀ ਮੈਨੂੰ ਤਾਂ ਕਿਹੜੇ ਕਾਲਜ ਚ ਭੇਜਤਾ ਇਦਾਂ ਨਹੀਂ ਹੁੰਦਾ ਜੀ ਬੱਚੇ ਨੂੰ ਸਭ ਪਤਾ ਹੁੰਦਾ ਮੈਂ ਕਿਹੜੇ ਕਾਲਜ ਚ ਚੱਲਾਂ ਪਹਿਲਾਂ ਜਦੋਂ 5-5 7-7 ਰਿਫਿਊਜ਼ਲਾਂ ਹੁੰਦੀਆਂ ਉਹਨੂੰ ਲਾਲਚ ਹੁੰਦਾ ਮੈਂ ਇੱਕ ਵਾਰੀ ਕੈਨੇਡਾ ਪਹੁੰਚ ਜਾ ਸਾਡੇ ਕੋਲੇ ਕਈ ਸਟੂਡੈਂਟ ਆਉਂਦੇ ਆ ਚੱਕੋ ਜੀ ਪਾਸਪੋਰਟ ਸਾਨੂੰ ਕੈਨੇਡਾ ਪਹਤਾ ਦਿਓ ਸਾਨੂੰ ਕਾਲਜ ਨਾਲ ਕੋਈ ਮਤਲਬ ਨਹੀਂ ਤੇ ਬਾਅਦ ਵਿੱਚ ਬਾਅਦ ਵਿੱਚ ਸਟੂਡੈਂਟ ਕਹਿੰਦਾ ਜੀ ਸਾਨੂੰ ਤਾਂ ਮੜੇ ਕਾਲਜ ਚ ਭੇਜਤਾ ਸੋ ਇਹ ਦੋ ਚਿਹਰੇ ਸਟੂਡੈਂਟਸ ਦੇ ਵੀ ਆ ਜੇ ਏਜੰਟਸ ਦੇ ਦੋ ਚਿਹਰੇ ਆ ਪੈਸੇ ਲੈਂਦੀ ਆ ਉਹਨਾਂ ਨੂੰ ਵੀਜ਼ੇ ਦਾ ਕੋਈ ਮਤਲਬ ਨਹੀਂ ਇੱਕ ਸਾਡੇ ਵਰਗੇ ਏਜੰਟ ਆ ਅਸੀਂ ਪਹਿਲਾਂ ਸਾਨੂੰ ਇਹ ਹੁੰਦਾ ਵੀਜ਼ਾ ਦਿਓ ਪੈਸੇ ਬਾਅਦ ਚ ਲਿਓ ਉਵੇਂ ਸਟੂਡੈਂਟਸ ਵੀ ਆ ਉਹ ਕੀ ਆ ਦੋ ਚਿਹਰੇ ਉਹਨਾਂ ਦੇ ਵੀ ਆ ਪਹਿਲਾਂ ਕਹਿਣਗੇ ਜੀ ਸਾਨੂੰ ਵੀਜ਼ਾ ਲਵਾ ਦਿਓ ਜਿੱਥੇ ਮਰਜ਼ੀ ਪਹੁੰਚਾ ਦਿਓ ਕੈਨੇਡਾ ਵਾਸਤੇ ਭੇਜ ਦਿਓ ਚਾਹੇ ਦੋ ਕਮਰੇ ਵਾਲੇ ਕਾਲਜ ਚ ਭੇਜ ਦਿਓ ਉੱਥੇ ਜਾ ਕੇ ਕਹਿਣਗੇ ਜੀ ਸਾਨੂੰ ਸਾਡੇ ਨਾਲ ਤਾਂ ਠੱਗੀ ਹੋ ਗਈ ਉਹ ਵੀ ਦੋ ਚਿਹਰੇ ਆ ਜੀ ਤੁਹਾਡੇ ਕੋਲ ਜੇ ਬੰਦਾ ਆਵੇ ਕੋਈ ਤੇ ਫਿਰ ਤੁਸੀਂ ਜਿਸ ਕਾਲਜ ਦੇ ਵਿੱਚ ਵੀ ਭੇਜੋਗੇ ਪੈਸੇ ਫਿਰ ਬਿੱਲ ਕਿੰਨਾ ਬਣਾ ਦੋਗੇ ਇਹ ਤਾਂ ਨਹੀਂ ਮੁੜ ਕੇ ਤੁਸੀਂ ਕਹੋ ਪੈਸੇ ਦਾ ਬਾਅਦ ਚ ਗੱਲ ਹੋਈ ਸੀ ਹੁਣ ਤਾਂ ਇੰਨੇ ਲੱਖ ਰੱਖੋ ਕਿੰਨੇ ਲੱਖ ਲੱਗਣਗੇ ਜੇ ਬੱਚਾ ਅੱਜ ਦੇ ਸਮੇਂ ਅਸੀਂ ਤੁਹਾਡੇ ਕੋਲੋਂ ਬਾਅਰ ਭੇਜ ਦਿਆਂ ਜੀ ਦੇਖੋ ਜੀ ਉਸ ਦੇ ਵਿੱਚ ਇਹ ਹੁੰਦਾ ਸਾਡੇ ਕੋਲੇ ਸਟੂਡੈਂਟ ਆਉਂਦਾ ਹੀ ਤਾਂ ਕੰਟਰੈਕਟ ਲੈਣੇ 100 ਰੁਪਏ ਵਾਲਾ ਸਟਾਮਪ ਜੀ ਸਾਰੀ ਗੱਲ ਉਹਦੇ ਜੇ ਕਲੀਅਰ ਹੁੰਦੀ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਇੰਟਰਵਿਊ ਦੀ ਸਟਾਰਟਿੰਗ ਜੇ ਸਵਾਲ ਕੀਤਾ ਤੁਹਾਨੂੰ ਤਾਂ ਨਹੀਂ ਕਿਸੇ ਦਾ ਫੋਨ ਆਇਆ ਠੀਕ ਆ ਸਾਨੂੰ ਫੋਨ ਕੋਈ ਕਰੂਗਾ ਵੀ ਕਿਵੇਂ ਜੀ ਸੜਾ ਕੰਮ ਹੀ ਸਾਰਾ ਲਿਖਤੀ ਪੜਤੀ ਹੈ ਪੈਸੇ ਹੀ ਬਾਅਦ ਚ ਲੈਣੇ ਪਹਿਲਾਂ ਅਸੀਂ ਪੰਜੀ ਲੈਂਦੀ ਨਹੀਂ ਗੀ ਜੇ ਏਜੰਟ ਤਾਂ ਸਟੈਂਪਾਂ 'ਚ ਪੈਂਦੇ ਨੇ ਤੁਸੀਂ ਸਟਾਮਪ ਦੇ ਚੱਕਰਾਂ 'ਚ ਵੀ ਪੈ ਜਾਂਦੇ ਹੋ ਨਹੀਂ ਨਹੀਂ ਉਹ ਉਹਦੇ ਵਿੱਚ ਇਹ ਹੈ ਜੀ ਸਟੂਡੈਂਟਲੀ ਵੀ ਉਹ ਚੀਜ਼ ਵਧੀਆ ਮਤਲਬ ਜਿੱਥੇ ਬਾਕੀ ਏਜੰਟ ਭੱਜਦੇ ਨੇ ਜਿਹੜੇ ਕੰਮ ਤੋਂ ਤੁਸੀਂ ਉਹ ਕੰਮ ਤੋਂ ਸ਼ੁਰੂਆਤ ਕਰਦੇ ਹੋ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਸਹੀ ਗੱਲ ਸੋ ਉਸ ਦੇ ਵਿੱਚ ਇਹ ਹੈ ਜੀ ਕਿ ਸਟੂਡੈਂਟ ਨੂੰ ਨਾ ਇਹ ਤਸੱਲੀ ਹੋ ਜਾਂਦੀ ਹੈ ਕਿ ਆ ਐਫੀਡੇਵਿਟ ਜਿਹੜੀਆਂ ਗੱਲਾਂ ਦੀ ਆ ਇਹ ਏਜੰਟ ਯਾਰ ਕੰਮ ਹੀ ਉੱਥੋਂ ਤੋੜ ਰਿਹਾ ਜਿੱਥੋਂ ਬਾਕੀ ਕਹਿੰਦੇ ਕਿ ਆ ਗੱਲ ਨਾ ਕਰ ਐਫੀਡੇਵਿਵਟ ਕੌਣ ਦਿੰਦਾ ਹੈ ਜੀ ਲਿਖ ਕੇ ਅਸੀਂ ਐਫੀਡੇਵਿਟ ਦਿੰਨੇ ਆ ਜੀ ਵੀਜ਼ਾ ਗੁਰੂ ਗੁਰਪ੍ਰੀਤ ਸਾਡਾ ਇੰਸਟਾਗ੍ਰਾਮ ਦਾ ਅਕਾਊਂਟ ਹੈ ਜੀ ਉੱਥੇ ਜਾ ਕੇ ਸਾਡਾ ਦੇਖੋ ਤੁਸੀਂ ਵੀ ਸਾਡੇ ਰਿਜ਼ਲਟ ਕੀ ਆ ਜੀ ਮੈਨੂੰ ਲੱਗਦਾ ਨਹੀਂ ਮਾਰਕੀਟ 'ਚ ਇੰਨੀਆਂ ਔਖਾਂ ਔਖੀਆਂ ਫਾਈਲਾਂ ਦੇ ਟਫ ਫਾਈਲਾਂ ਦੇ ਕਿਸੇ ਨੇ ਵੀਜ਼ੇ ਲਵਾਏ ਹੋਣੇ ਜਿੰਨੇ ਅਸਲ ਲਵਾ ਚੁੱਕੇ ਆ ਜੀ ਬੜੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ ਹੁੰਦੀਆਂ ਪੰਜ ਰਿਫਿਊ ਅਗੱਚ ਕਮੀ ਰਹਿ ਜਾਂਦੀ ਹੈ ਦੇਖੋ ਜੀ ਜਿਹੜੇ ਏਜੰਟ ਨੇ ਲੈ ਲੈ ਨਾ ਪੈਸੇ ਪਹਿਲਾਂ ਉਹ ਰਿਫਿਊਜ਼ ਹੈ ਠੀਕ ਹੈ ਜੀ ਉਹ ਸਮਝੋ ਕਿ ਉਹਨੂੰ ਤੁਹਾਡੇ ਕੇਸ ਨਾਲ ਮਤਲਬ ਹੀ ਕੋਈ ਨਹੀਂ ਰਹਿ ਗਿਆ ਜਿੰਨੇ ਦੋ ਟਾਈ ਇੱਥੇ ਬਹੁਤ ਏਜੰਟ ਇਦਾਂ ਦੇ ਆ ਜਿਹੜੇ ਪ੍ਰਾਈਵੇਟ ਕਾਲਜ ਚ ਕਹਿੰਣਗੇ ਪੈਕੇਜ ਕਰਦੇ ਆ ਜੀ ਲੱਖ ਡੇਢ ਲੱਖ ਰੁਪਈਆ ਪਹਿਲਾਂ ਲੈ ਲੈਂਦੇ ਆ ਉਹਨਾਂ ਨੇ ਤੁਹਾਡੇ ਵੀ ਜੇ ਤੂੰ ਕੀ ਲੈਣਾ ਜੀ ਜੇ ਇੱਕ ਰਿਫਿਊਜ਼ ਹੁੰਦਾ ਤੇ ਹੋ ਜੇ ਜੀ ਉਹਨਾਂ ਨੂੰ ਤਾਂ ਪੈਸੇ ਆ ਗਏ ਉਹਨਾਂ ਨੇ ਵੀ ਕੰਟਰੈਕਟ ਲੈ ਲੈਣਾ ਤੁਹਾਡੇ ਤੋਂ ਵੀ ਇਹ ਤੁਹਾਡੇ ਨੋਰ ਫੰਡੇ ਵਾਲਾ ਹਾਲਾਂਕਿ ਉਹ ਹੱਕ ਨਹੀਂ ਉਹਨਾਂ ਦਾ ਕੋਈ ਹੁੰਦਾ ਕੋਈ ਗਾਰੰਟੀ ਦੇਣੇ ਬਿਲਕੁਲ ਜੀ ਬਿਲਕੁਲ ਗਰੰਟੀ ਜਿਹੜੇ ਕੇਸ ਦੀ ਅਸੀਂ ਗਰੰਟੀ ਦਿੰਨੇ ਆ ਜੀ ਉਹ ਅਸੀਂ ਸਿਰੇ ਵੀ ਲਾਉਨੇ ਆ ਚਾਹੇ 7 ਰਿਫਿਊਜ਼ਲ ਹੋ ਜੇ ਮੈਂ ਕਿਹਾ ਜੀ 10 ਰਿਫਿਊਜ਼ਲਾਂ ਹੋਣ ਕਿੰਨੀਆਂ ਮੈਕਸਿਮਮ ਤੁਸੀਂ ਰਿਫਿਊਜ਼ਲ ਅਸੀਂ 7 ਤੋਂ 8 ਰਿਫਿਊਜ਼ਲਾਂ ਦੇ ਵੀਜ਼ੇ ਲੈ ਚੁੱਕੇ ਆ ਜੀ ਅੱਛਾ ਗੁਰੂ ਰਾਮ ਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਉਹਨੇ ਕਿੰਨੇ ਵੀਜ਼ੇ ਤੁਸੀਂ ਹੁਣ ਤੱਕ ਦਵਾ ਦਿੱਤੇ ਰਿਫਿਊਜ਼ਲ ਵਾਲੇ ਹੁਣ ਤੱਕ ਰਿਫਿਊਜ਼ਲ ਵਾਲੇ ਕੋਈ 1000 ਤੋਂ ਉੱਪਰ ਹੋ ਗਏ ਆ ਜੀ ਮੈਨੂੰ ਲੱਗਦਾ ਤੁਹਾਡੇ ਕੋਲ ਦੂਜੇ ਵੀਜ਼ੇ ਵਾਲੇ ਘੱਟ ਹੁੰਦੇ ਹੋਣੇ ਰਿਫਿਊਜ਼ਲ ਵਾਲੇ ਪਹਿਲਾਂ ਪਹੁੰ ਤੇ ਕੀ ਤੁਸੀਂ ਸਾਡੀ ਫਾਈਲ ਲੈ ਲਓਗੇ ਕਿਉਂਕਿ ਤੁਸੀਂ ਤਾਂ ਰਿਫਿਊਜ਼ਲ ਵਾਲੇ ਕੇਸ ਹੀ ਕਢਾਉਨੇ ਫਿਰ ਉਹਨੂੰ ਕਹੀਦਾ ਨਹੀਂ ਭਾਈ ਤੂੰ ਵੀ ਆ ਜਾ ਵੀ ਫਰੈਸ਼ ਸਾਡਾ ਬਹੁਤ ਸਟੂਡੈਂਟਸ ਨੂੰ ਇਹ ਕਨਫਿਊਜ਼ਨ ਹੁੰਦੀ ਆ ਸੋ ਫਰੈਸ਼ ਕੇਸ ਵੀ ਲੈਣੇ ਆ ਜਿਆਦਾ ਇਹ ਗੱਲ ਸੱਚੀ ਆ ਜੀ ਕਿ ਅਸੀਂ ਫਰਸਟ ਚੁਆਇਸ ਬਾਣੀ ਨਹੀਂ ਸਕਦੇ ਪਰ ਮੈਨੂੰ ਐ ਲੱਗਦਾ ਕਿ ਥੋਡੇ ਵਰਗੇ ਸਹੀ ਏਜੰਟਾਂ ਨੂੰ ਬੱਚੇ ਨੂੰ ਸਲਾਹ ਦੇਣੀ ਚਾਹੀਦੀ ਬੱਚੇ ਸਲਾਹ ਲੈਣ ਚਾਹਣੇ ਹੋਣ 24 ਘੰਟੇ ਅਵੇਲੇਬਲ ਹੈਗੇ ਹੋ ਤੁਸੀਂ ਬਿਲਕੁਲ ਬਿਲਕੁਲ ਜੀ ਦੇਖੋ ਸਟੂਡੈਂਟਸ ਨੂੰ ਸਾਰੀ ਸਲਾਹ ਦਿੰਨੇ ਆ ਜੀ ਕਿ ਤੁਸੀਂ ਬੱਚੇ ਜੇ ਪੈਕੇਜ ਕਰਨਾ ਇਹ ਆ ਪ੍ਰਾਈਵੇਟ ਕਾਲਜ ਹੋਊਗਾ ਫੀਸ ਇਹਦੀ ਤੁਸੀਂ ਬਾਅਦ ਚ ਪੇ ਕਰ ਸਕਦੇ ਹੋ ਅਗਰ ਤੁਸੀਂ ਸਰਕਾਰੀ ਕਾਲਜ ਲੈਣਾ ਪਬਲਿਕ ਕਾਲਜ ਲੈਣਾ ਤੇ ਇਹਦੀ ਫੀਸ ਤੁਸੀਂ ਆਪ ਪੇ ਕਰੋਗੇ ਦੋਨੇ ਆਪਸ਼ਨ ਅਸੀਂ ਬੜੇ ਤੜਲੇਣਾ ਦਿੰਨੇ ਆ ਜੀ ਪੰਜਾਬ ਦੇ ਬੱਚੇ ਚਾਹੁੰਦੇ ਅਸੀਂ ਉਸ ਏਜੰਟ ਤੋਂ ਸਲਾਹ ਲਈਏ ਜਿਹੜਾ ਏਜੰਟ ਇਹ ਨਾ ਕਹ ਦੇ ਕਿ ਮੈਨ ਲਵਾਨਾ ਹਾਂਜੀ ਏਜੰਟ ਇਹ ਕਹੇ ਕਿ ਆ ਕੰਮ ਕਰੋ ਪੁੱਤਰ ਹਾਂਜੀ ਫਿਰ ਇਸ ਲਈ ਤੁਹਾਨੂੰ ਜਾਣਿਆ ਜਾਵੇ ਪੰਜਾਬ ਚ ਕੀ ਹਾਂ ਯਾਰ ਇਸ ਏਜੰਟ ਤੋਂ ਸਲਾਹ ਲਓ ਯਾਰ ਇਹ ਐਵੇਂ ਨਹੀਂ ਕਹਿੰਦਾ ਕਿ ਮੇਰੇ ਤੋਂ ਹੀ ਲਵਾਓ ਬਿਲਕੁਲ ਜੀ ਦੇਖੋ ਜੀ ਬੋ ਸ੍ਰੀ ਦਰਬਾਰ ਸਾਹਿਬ ਦੇ ਇੱਕ ਸੇਵਾਦਾਰ ਆ ਉਹਨਾਂ ਦੇ ਬੇਟੇ ਦਾ ਵੀ ਜਲਾ ਸਰੂਪਾ ਪਾ ਕੀ ਗਏ ਜੀ ਹੋਰ ਵੀ ਕਈਆਂ ਨੇ ਸਰੂਪੇ ਪੇਂਟ ਕੀਤੇ ਆ ਕਿਉਂ ਜੀ ਸਰੂਪੇ ਉਹਨਾਂ ਦੀ ਪੈਂਦੇ ਆ ਜੀ ਜਿਹੜਾ ਕੋਈ ਚੰਗਾ ਕੰਮ ਕਰਦਾ ਨਹੀਂ ਤਾਂ ਤੁਸੀਂ ਮਾਰਕੀਟ ਦੇ ਦੇਖ ਰਹੇ ਛਿੱਤਰਾਂ ਦੇ ਹਾਰ ਵੀ ਪੈ ਰਹੇ ਆ ਜੀ ਪਿੰਡ ਵਾਲੇ ਫਿਰ ਸਨਮਾਨ ਦਿੰਦੇ ਆ ਪਿੰਡ ਵਾਲੇ ਬਿਲਕੁਲ ਜੀ ਪਿੰਡ ਵਾਲਿਆਂ ਨੇ ਬੁਲਾਇਆ 13 ਤਰੀਕ ਨੂੰ ਜੀ ਕਹਿੰਦੇ ਪਿੰਡ ਦਾ ਨਾਮ ਤੁਸੀਂ ਉੱਚਾ ਕੀਤਾ ਵੱਡੀ ਗੱਲ ਆ ਕਿਉਂਕਿ ਜਿਹੜੀ ਏਜੰਟ ਲੋਬੀ ਦੇ ਵਿੱਚ ਏਜੰਟ ਹੁੰਦੇ ਆ ਚਾਹੇ ਚੰਗੇ ਹੋਣ ਚੰਗੇ ਮਾੜੇ ਹੋਣ ਕਈ ਵਾਰੀ ਛਵੀ ਖਰਾਬ ਹੀ ਹੁੰਦੀ ਆ ਪਿੰਡ ਵਾਲੇ ਤਾਂ ਮੂੰਹ ਨਹੀਂ ਲਾਉਂਦੇ ਤੁਹਾਨੂੰ ਸਨਮਾਨ ਦੇ ਰਹੇ ਨੇ ਹਾਂਜੀ 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 ਪਿੰਡ 'ਚ ਉਹ 6.5 ਸਵੇਰੇ ਬਲ ਆਇਆ ਜੀ ਸੁਖਣੀ ਹੈ ਦਾ ਪਾਠ ਆ ਕਹਿੰਦੇ ਤੁਹਾਨੂੰ ਸਨਮਾਨ ਮੈਂ ਇੰਨੇ ਜੋਗਾ ਤਾਂ ਹੈ ਨਹੀਂ ਬਟ ਉਹਨੂੰ ਇਨਵਾਈਟ ਕੀਤਾ ਜਾਣਾ ਤਾਂ ਪੈਣਾ ਹੀ ਆ ਜੀ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਹੁਣ ਆਪਾਂ ਕੈਨੇਡਾ ਦੇ ਉੱਤੇ ਹੀ ਚਰਚਾ ਕਰਾਂਗੇ ਕਹਿੰਦੇ ਕੈਨੇਡਾ ਦੇ ਵਿੱਚ ਪ੍ਰਾਪਰਟੀ ਲੈਣਾ ਬਹੁਤ ਔਖਾ ਹੋ ਗਿਆ ਕੈਨੇਡਾ ਦੇ ਵਿੱਚ ਕੰਮ ਹੈ ਨੀਗਾ ਕੰਮ ਹੈ ਉੱਥੇ ਹਾਂਜੀ ਕੰਮ ਉਹਨਾਂ ਲਈ ਹੈਗਾ ਜੀ ਜਿਨ੍ਹਾਂ ਦਾ ਕੋਈ ਜਾਣ ਪਛਾਣ ਦਾ ਅਗਰ ਕੋਈ ਤੁਹਾਨੂੰ ਜਾਣਦਾ ਨਾ ਰਿਸ਼ਤੇਦਾਰ ਆ ਉਹ ਕੰਮ ਪਹਿਲਾਂ ਹੀ ਲੱਭ ਕੇ ਰੱਖ ਲੈਂਦੇ ਆ ਕਿਉਂਕਿ ਸਾਡੇ ਬੱਚੇ ਤਾਂ ਉੱਥੇ ਕੀ ਆ ਕਿ ਸੁੱਤੇ ਰਹਿੰਦੇ ਆ ਜਾ ਕੇ ਬਹੁਤ ਪੁਲਿਸਮੈਂਟ ਏਜੰਸੀਆਂ ਵਾਲੇ ਕਹਿੰਦੇ ਆ ਜੀ ਜਦੋਂ ਸਾਨੂੰ ਕੋਈ ਜੌਬ ਲੱਭਦੀ ਆ ਨਾ ਤੇ ਅਸੀਂ ਇਹਨਾਂ ਨੂੰ ਕਾਲ ਕਰਦੇ ਸੁੱਤੇ ਪਏ ਹੁੰਦੇ ਆ ਤੇ ਜਦੋਂ ਇਹ ਉੱਠ ਕੇ ਸਾਨੂੰ ਕਾਲ ਕਰਦੇ ਤੁਹਾਡੀ ਕਾਲ ਆਈ ਸੀ ਉਹਦੇ ਨੂੰ ਜੌਬ ਚਲੀ ਜਾਂਦੀ ਆ ਇਹ ਵੀ ਬਹੁਤ ਵੱਡਾ ਕਾਰਨ ਆ ਜੀ ਜੌਬਲੈਸ ਹੋਣ ਦਾ ਸਟੂਡੈਂਟਸ ਦਾ ਮਰਿਆਨੇ ਕਿ ਲਾਪਰਵਾਹੀ ਲਾਪਰਵਾਹੀ ਜਿਹੜੀ ਬਿਲਕੁਲ ਜੀ ਬਿਲਕੁਲ ਲਾਪਰਵਾਹੀ ਤੇ ਲੈਵਲ ਆਫ ਵਰਕ ਕਿ ਨਹੀਂ ਜੀ ਇਹ ਵਾਸ਼ਿੰਗ ਦਾ ਸਾਡੇ ਲੈਵਲ ਦਾ ਕੰਮ ਨਹੀਂਗਾ ਠੀਕ ਹੈ ਜੀ ਇਹ ਕਲੀਨਿੰਗ ਦਾ ਕੰਮ ਹੈ ਜੀ ਇਹ ਸਾਡੇ ਲੈਵਲ ਦਾ ਕੰਮ ਨਹੀਂ ਸੋ ਛੋਟੇ ਮੋਟੇ ਕੰਮ ਨਹੀਂ ਕਰਦੇ ਜੀ ਰੋਲਾ ਹੈ ਨਹੀਂ ਤਾਂ ਕੈਨੇਡਾ ਅਕਸਰ ਤਾਂ ਉਥੇ ਦੁਨੀਆ ਹੀ ਰਹਿੰਦੀ ਹੈ ਗੱਲ ਸੱਚੀ ਆਖਿਓ ਉਥੇ ਕਮਾਈ ਕਿੰਨੀ ਕੁ ਹੈਗੀ ਆ ਦਿਨ ਦੇ ਵਿੱਚ ਦੇਖੋ ਜੀ ਕਮਾਈ ਉਥੇ ਜਿਹੜੇ ਸਾਡੇ ਸਟੂਡੈਂਟਸ ਗਏ 4 ਤੋਂ 5 ਲੱਖ 7 ਲੱਖ ਵੀ ਕਮਾ ਰਹੇ ਆ ਜੀ ਤੇ ਕਈ ਲੱਖ ਡੇਢੀ ਮਸਾਂ ਕਮਾਉਂਦੇ ਆ ਉਹ ਉਹਨਾਂ ਦੀ ਲਾਪਰਵਾਹੀ ਹੈ ਲਾਪਰਵਾਹੀ ਕਹਿ ਲੋ ਜਾਂ ਕੰਫਰਟੇਬਲ ਜੂਨ ਕਹਿ ਲੋ ਜੀ ਬਰਬਰੂ ਪੈਂਦੀ ਆ ਅਗਲਾ ਅੰਦਰ ਪਿਆਰੇ ਦਾ ਰਜਾਈ ਚ ਨਿੱਗਾ ਚਾਹ ਇਹ ਚੀਜ਼ ਹੈ ਜੀ ਬਿਲਕੁਲ ਬਿਲਕੁਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਲਾਨ ਕਰ ਰਹੇ ਹੋ ਪੰਜਾਬ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਹਾਡੇ ਤਾਂ ਹੋਲਡਿੰਗ ਬਹੁਤ ਲੱਗੇ ਹੋਏ ਸੀ ਪੰਜਾਬ ਦੇ ਵਿੱਚ ਅਸੀਂ ਦੇਖਿਆ ਵਾ ਤਾਂ ਲੋਕ ਸੰਪਰਕ ਕਰਦੇ ਆ ਫਿਰ ਹਾਂਜੀ ਹਾਂਜੀ ਦੇਖੋ ਜੀ ਮੇਰੀ ਕੋਸ਼ਿਸ਼ ਆ ਕਿ ਆਰਗੇਨਾਈਜੇਸ਼ਨ ਇੱਕ ਬਣਾਈ ਜਾਵੇ ਏਜੰਟਸ ਦੀ 25 30 ਅਸੀਂ ਏਜੰਟ ਇਕੱਠੇ ਵੀ ਕੀਤੇ ਵਟਸਐਪ ਗਰੁੱਪ ਦੇ ਵਿੱਚ ਸੋ ਮੇਰੀ ਕੋਸ਼ਿਸ਼ ਆ ਕਿ ਇਹ ਏਜੰਟ ਜਿਹੜੀ ਇਹ ਬਹੁਤ ਸਾਫ਼ ਸੁਥਰਾ ਕੰਮ ਆ ਜੀ ਕੰਸਲਟੈਂਸੀ ਦਾ ਸੋ ਇਸ ਨੂੰ ਬਦਨਾਮ ਜਿਹੜਾ ਵੱਡੇ ਲੈਵਲ ਤੇ ਕੀਤਾ ਜਾ ਰਿਹਾ ਠੀਕ ਆ ਮੈਂ ਉਸ ਏਜੰਟ ਨੂੰ ਏਜੰਟ ਹੀ ਨਹੀਂ ਕਹਿੰਦਾ ਜੀ ਜਿਹੜਾ ਐਵੇਂ ਬੈਠ ਜਾਂਦਾ ਠੀਕ ਹੈ ਲਾਇਸੈਂਸ ਵੀ ਨਹੀਂ ਹੁੰਦਾ ਜੀ ਉਹਨਾਂ ਦੇ ਕੋਲੇ ਕੋਸ਼ਿਸ਼ ਕਰ ਰਹੇ ਆ ਜੀ ਮੈਂ ਮੇਰੇ ਨਾਲ ਹੋਰ ਵੀ ਕਈ ਭਰਾ ਜੁੜੇ ਹੋਏ ਜਿਹੜੇ ਪੁਰਾਣਾ ਪੁਰਾਣੇ ਕੰਮ ਕਰਦੇ ਆ ਕਿ ਏਜੰਟ ਦੇ ਆਰਗੇਨਾਈਜੇਸ਼ਨ ਬਣਾਈ ਜਾਵੇ ਜਿੱਥੇ ਕੋਈ ਗਲਤ ਹੁੰਦਾ ਏਜੰਟਾਂ ਨਾਲ ਹੁੰਦਾ ਏਜੰਟਾਂ ਨਾਲ ਖੜਿਆ ਜਾਵੇ ਲੋਕਾਂ ਨਾਲ ਹੁੰਦਾ ਲੋਕਾਂ ਨਾਲ ਖੜਿਆ ਜਾਵੇ ਠੀਕ ਯਾਨੀ ਕਿ ਤੁਸੀਂ ਵੀ ਇੱਕ ਸੰਸਥਾ ਜੀ ਬਣਾ ਰਹੇ ਹੋ ਜਿੱਥੇ ਬੱਚੇ ਤੰਗ ਹੋ ਰਹੇ ਹੁਣ ਬੱਚਿਆਂ ਦੇ ਨਾਲ ਖੜਾਂਗੇ ਉਹ ਏਜੰਟ ਦੇ ਖਿਲਾਫ ਹੋਵੋਗੇ ਬਿਲਕੁਲ ਜੀ ਇਸ ਫੀਲਡ ਦੀ ਇਮੇਜ ਨੂੰ ਸੁਧਾਰਿਆ ਜਾਵੇ ਠੀਕ ਹੈ ਜੀ ਕੱਲ ਨੂੰ ਕੋਈ ਉੱਠ ਕੇ ਇਹਨਾਂ ਕਬੇ ਹਾਂਜੀ ਲਿਆ ਫੋਨ ਹੈਲੋ ਹਾਂ ਫਲਾਨਾ ਬੋਲਦਾ ਮੈਂ ਤੇ ਇੰਨੇ ਪੈਸੇ ਲਿਆ ਗੱਲ ਨਹੀਂ ਕੋਈ ਬਾਤ ਇਹ ਚੀਜ਼ ਨਹੀਂ ਚਾਹੀਦੀ ਜੀ ਠੀਕ ਹੈ ਨਾ ਕੋਈ ਲਿਆ ਕਰ ਪ੍ਰੋਪਰ ਤਰੀਕੇ ਨਾਲ ਕੰਮ ਤਰੀਕੇ ਨਾਲ ਕੰਮ ਕੋਈ ਐ ਨਾ ਕੋਈ ਫੇਸਬੁਕ ਤੇ ਲਾਈਵ ਨਾ ਹੋਵੇ ਐ ਕਹਿੰਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਮਰੇ ਚ ਬੈ ਕੇ ਹਰ ਚੀਜ਼ ਦੀ ਸਲਾਹ ਹੋਵੇ ਹਾਂਜੀ ਹਾਂਜੀ ਜਿਵੇਂ ਹੁਣ ਆਪਾਂ ਪਿੱਛੇ ਜੇ ਦੇਖਿਆ ਠੀਕ ਹੈ ਪਰ ਐਵੇਂ ਬੱਚੇ ਮੈਂ ਹੁਣ ਜਾਂਦੇ ਲੋਕ ਤਾਂ ਆ ਵਾ ਫਿਰ ਉਹਨਾਂ ਦੇ ਕੰਮ ਹੁੰਦੇ ਨਹੀਂ ਉਹ ਕਹਿੰਦੇ ਅਸੀਂ ਢੇੜੇ ਮਾਰ ਮਾਰ ਥੱਕ ਜਾਈਦਾ ਬੈ ਬੈ ਥੱਕ ਜਾਈਦਾ ਨਹੀਂ ਕੋਈ ਹੱਲ ਹੁੰਦਾ ਫਿਰ ਸਾਨੂੰ ਲੱਭਣੇ ਪੈਂਦੇ ਉਹ ਬੰਦੇ ਜਿਹੜੇ ਸਾਡਾ ਹੱਲ ਕਰਾਪੇ ਦੇਖੋ ਜੀ ਤੁਹਾਡੇ ਕੋਲੇ ਆਏ ਆ ਬੰਦੇ ਮੰਨ ਲਓ ਚਾਰ ਜੀ ਪੈਸੇ ਕਢਾ ਦੋ ਉਹ ਹੱਲ ਆ ਨਾ ਕੋਈ ਮਤਲਬ ਕੋਈ ਤਰੀਕਾ ਨਾ ਇੱਕ ਚੀਜ਼ ਦਾ ਹੁਣ ਤੁਸੀਂ ਏਜੰਟ ਨੂੰ ਫੋਨ ਕਰਕੇ ਹੋ ਹੈਲੋ ਫੁਲਾਨਾ ਬੋਲਦਾ ਮੈਂ ਇੱਕ ਬਦਮਾਚੀ ਦੇ ਟੋਨ ਦੇ ਵਿੱਚ ਠੀਕ ਹੈ ਜੀ ਕਿੱਥੇ ਤੁਸੀਂ ਕਹਾਂ ਹਾਂ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਹ ਗੱਲ ਆ ਤੇ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ ਦੱਸੋ ਕਦੋਂ ਮਿਲ ਇੱਕ ਇਦਾਂ ਗੱਲ ਹੋਣੀ ਜੀ ਫਿਰ ਉਹਨੂੰ ਇਹ ਕਹਿਣਾ ਵੀ ਜੀ ਤੇਰੇ ਵੀ ਅਸੀਂ ਐਫ ਆਈ ਆਰ ਦਰਜ ਕਰਾਵਾਂਗੇ ਜਾਂ ਕੁਝ ਵੀ ਇਹ ਥੋੜਾ ਜੀ ਕਿ ਆਪਾਂ ਉਹਨੂੰ ਇਦਾਂ ਪ੍ਰੈਸ਼ਰਾਈਜ਼ ਕਰੀਏ ਵੀ ਤਿੰਨ ਤਾਂ ਅਸੀਂ ਖਾਈ ਜਾਵਾਂਗੇ ਜਿੱਦੋਂ ਪੈਸੇ ਨਾ ਮੋੜੇ ਹਮ ਕੰਮ ਨੂੰ ਕਈ ਵਾਰੀ ਆਪਣਾ ਨਾ ਮਨੋਰਥ ਸਹੀ ਹੁੰਦਾ ਆਪਣਾ ਉਦੇਸ਼ ਸਹੀ ਹੁੰਦਾ ਉਹਨੂੰ ਕਰਨ ਦਾ ਤਰੀਕਾ ਗਲਤ ਹੁੰਦਾ ਤਾਂ ਇਹ ਸੀ ਵੀਜ਼ਾ ਗੁਰੂ ਵਾਲੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਕੰਮ ਦੀ ਸ਼ੁਰੂਆਤ ਹੀ ਉੱਥੋਂ ਕਰਦੇ ਹਾਂ ਜਿੱਥੋਂ ਬਾਕੀ ਏਜੰਟ ਭੱਜਦੇ ਨੇ ਤਾਂ ਇਸ ਨਾਲ ਤਾਂ ਫਿਰ ਜ਼ਰੂਰ ਪੰਜਾਬ ਦੇ ਬੱਚਿਆਂ ਦਾ ਭਰੋਸਾ ਬਣਦਾ ਹੈ ਇੱਕ ਵਾਰ ਜ਼ਰੂਰ ਸੰਪਰਕ ਕਰੋ ਸਲਾਹ ਜ਼ਰੂਰ ਲਓ ਕਿਉਂਕਿ ਇਹਨਾਂ ਦੇ ਸ਼ਬਦਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਹੁੰਦਾ ਕਿ ਮੇਰੇ ਕੋਲੋਂ ਕੰਮ ਕਰਾਓ ਪਰ ਜਦੋਂ ਤੁਸੀਂ ਸਲਾਹ ਲਵੋਗੇ ਤਾਂ ਤੁਹਾਨੂੰ ਇੰਜ ਲੱਗੇਗਾ ਔਰ ਪੁਰਾਣੀਆਂ ਚੀਜ਼ਾਂ ਜਿਹੜੇ ਕੇਸ ਇਹਨਾਂ ਨੇ ਸੁਲਝਾਏ ਆ ਉਹਨਾਂ ਤੋਂ ਸੰਪਰਕ ਕਰੋ ਕਿ ਕਿਵੇਂ ਕਿਵੇਂ ਇਹਨਾਂ ਦਾ ਕੰਮ ਕਢਾਇਆ ਗਿਆ ਔਰ ਇਹਨਾਂ ਨੇ ਵੀਜ਼ਾ ਲਵਾਈ ਨੇ ਧੰਨਵਾਦ